ਜਦੋਂ ਤੋਂ ਪੰਜਾਬ ਦੇ ਵਿੱਚ ਓਪਰੇਸ਼ਨ ਅੰਮ੍ਰਿਤਪਾਲ ਚੱਲਿਆ ਸੀ, ਉਸ ਤੋਂ ਬਾਅਦ ਇੱਕ ਤਸਵੀਰ ਹੁਣ ਸਾਹਮਣੇ ਆਈ ਹੈ। ਲਗਾਤਾਰ ਸੀਸੀਟੀਵੀ ਫੁਟੇਜ ਦੇ ਉੱਤੇ ਹੁਣ ਤੱਕ ਪੁਲਿਸ ਦੇ ਵੱਲੋਂ ਵੱਖੋ ਵੱਖਰੇ ਦਾਅਵੇ ਕੀਤੇ ਜਾ ਰਹੇ ਸੀ, ਪਰ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਅੰਮ੍ਰਿਤਪਾਲ ਨਹੀਂ ਹੈ। ਸੋ ਵੱਖ ਵੱਖ ਫੁਟੇਜ ਦੇ ਉੱਤੇ ਹੁਣ ਕਿੰਤੂ ਪਰੰਤੂ ਹੋਣ ਤੋਂ ਬਾਅਦ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਅੰਮ੍ਰਿਤਪਾਲ ਦੀ ਅਤੇ ਉਸਦੇ ਸਾਥੀ ਪੱਪਲਪ੍ਰੀਤ ਦੀ। ਬਿਲਕੁਲ ਕਲੀਅਰ ਤਸਵੀਰ ਇਹ ਤਸਵੀਰ 'ਚ ਤੁਹਾਨੂੰ ਵਿਖਾਉਂਦੇ ਹਾਂ ਕਿ ਆਖਿਰਕਾਰ ਪੱਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਕਿਸ ਲਿਬਾਸ ਦੇ ਵਿੱਚ ਨਜ਼ਰ ਆ ਰਹੇ ਨੇ। ਤਸਵੀਰਾਂ ਜਿਹੜੀਆਂ ਤੁਹਾਨੂੰ ਵਿਖਾਉਂਦੇ ਹਾਂ ਕਿ ਅੰਮ੍ਰਿਤਪਾਲ ਨੂੰ ਅੱਜ ਤੱਕ ਤੁਸੀਂ ਚੋਲੇ ਦੇ ਵਿੱਚ ਵੇਖਿਆ ਹੋਏਗਾ, ਪਰ ਅੱਜ ਅੰਮ੍ਰਿਤਪਾਲ ਹੁੱਡੀ ਦੇ ਵਿੱਚ ਮੂੰਹ 'ਤੇ ਮਾਸਕ ਲਾਈ ਬੈਠੇ ਨਜ਼ਰ ਆਉਣਗੇ ਅਤੇ ਅੰਮ੍ਰਿਤਪਾਲ ਦੇ ਨਾਲ ਉਹਨਾਂ ਦੇ ਸਾਥੀ ਪੱਪਲਪ੍ਰੀਤ ਨੇ। ਇਹ ਤਸਵੀਰ ਬਹੁਤ ਖਾਸ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹੱਥ ਦੇ ਵਿੱਚ ਐਨਰਜੀ ਡਰਿੰਕ ਹੈ ਉਹਨਾਂ ਦੇ, ਜਿਸ ਦੇ ਵਿੱਚ ਪੱਪਲਪ੍ਰੀਤ ਅਤੇ ਅੰਮ੍ਰਿਤਪਾਲ ਹੱਸ ਰਹੇ ਨੇ। ਹੱਸਦੇ ਹੋਏ ਪੱਪਲਪ੍ਰੀਤ ਅਤੇ ਅੰਮ੍ਰਿਤਪਾਲ ਦੇ ਵੱਲੋਂ ਇਹ ਤਸਵੀਰ ਖਿੱਚੀ ਗਈ ਹੈ। ਦੱਸ ਦਈਏ ਕਿ ਪਹਿਲੀ ਸਾਫ਼ ਤਸਵੀਰ ਹੈ, ਹਾਈਵੇ ਦੇ ਨੇੜੇ ਬੈਠੇ ਇਹ ਸੈਲਫੀ ਲਈ ਗਈ ਹੈ, ਕਿਉਂਕਿ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਹਾਈਵੇ ਦੀ ਜੋ ਗ੍ਰਿਲ ਹੁੰਦੀ ਹੈ ਉਹ ਨਜ਼ਰ ਆ ਰਹੀ ਹੈ ਤਸਵੀਰ ਦੇ ਵਿੱਚ। ਸੋ ਇਹ ਸਾਫ਼ ਹੈ ਕਿ ਕਿਤੇ ਆਉਣ ਜਾਣ ਦੇ ਜ਼ਰੀਏ ਦੇ ਦਰਮਿਆਨ ਜਿਹੜਾ ਉਹਨਾਂ ਦੇ ਵੱਲੋਂ ਇਹ ਤਸਵੀਰ ਲਈ ਗਈ ਹੈ। ਪੱਪਲਪ੍ਰੀਤ ਦੀ ਇਹ ਪਹਿਲੀ ਸਾਫ਼ ਤਸਵੀਰ, ਹੱਥ ਦੇ ਵਿੱਚ ਐਨਰਜੀ ਡਰਿੰਕ ਦਾ ਕੈਨ ਫੜੀ ਨਜ਼ਰ ਆਏ ਨੇ ਦੋਨੋਂ, ਪੱਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ। ਲਾਲ ਰੰਗ ਦੀ ਪੱਗ ਅੰਮ੍ਰਿਤਪਾਲ ਦੇ ਬੰਨੀ ਹੈ ਅਤੇ ਕਾਲੇ ਰੰਗ ਦਾ ਪਰਨਾ ਪੱਪਲਪ੍ਰੀਤ ਹੋਣਾ ਨੇ ਬੰਨਿਆ ਹੋਇਆ। ਲੋਈ ਲਈ ਹੋਈ ਹੈ ਅਤੇ ਡੈਨਿਮ ਸ਼ਰਟ ਜਿਹੜੀ ਪੱਪਲਪ੍ਰੀਤ ਦੇ ਨਜ਼ਰ ਆ ਰਹੀ ਹੈ ਅਤੇ ਅੰਮ੍ਰਿਤਪਾਲ ਹੋਣਾ ਨੇ ਸਰਦੀ ਵਾਲੀ ਜੋ ਹੁੱਡੀ, ਟਰੈਕ ਸੂਟ ਦੀ ਹੁੱਡੀ ਹੁੰਦੀ ਹੈ ਉਹ ਪਾਈ ਨਜ਼ਰ ਆ ਰਹੀ ਹੈ। ਹੱਥ ਦੇ ਵਿੱਚ ਕੋਟੀ ਵੀ ਹੈ ਉਹਨਾਂ ਦੀ। ਸੋ ਇਹ ਤਸਵੀਰਾਂ ਨੇ ਪੱਪਲਪ੍ਰੀਤ ਅਤੇ ਅੰਮ੍ਰਿਤਪਾਲ ਦੀ ਪਹਿਲੀ ਕਲੀਅਰ ਤਸਵੀਰ ਆ ਚੁੱਕੀ ਹੈ। ਤਸਵੀਰਾਂ ਜਿਹੜੀਆਂ ਲਗਾਤਾਰ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆ ਰਹੀਆਂ ਸੀ, ਉਸ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਜਾਂ ਪੱਪਲਪ੍ਰੀਤ ਨਹੀਂ ਹੋ ਸਕਦੇ, ਬਹੁਤ ਤਰ੍ਹਾਂ ਦੇ ਸ਼ੰਕੇ ਸੀ, ਪਰ ਇਸ ਤਸਵੀਰ ਨੇ ਸਾਫ਼ ਕਰ ਦਿੱਤਾ ਹੈ ਕਿ ਪੱਪਲਪ੍ਰੀਤ ਅੰਮ੍ਰਿਤਪਾਲ ਹੋਣਾ ਦੇ ਨਾਲ ਨੇ ਅਤੇ ਦੋਵੇਂ ਸਾਥੀ ਇਕੱਠੇ ਨੇ। ਸੋ ਇਹ ਵੀ ਹੈ ਕਿ ਇਹਨਾਂ ਦੇ ਕੋਲ ਫੋਨ ਵੀ ਹੈ, ਕਿਉਂਕਿ ਫੋਨ ਤੋਂ ਬਿਨਾਂ ਸੈਲਫੀ ਨਹੀਂ ਸੀ ਲਈ ਜਾ ਸਕਦੀ। ਸੋ ਇਹ ਵੀ ਸਾਫ਼ ਹੈ ਕਿ ਉਹ ਫੋਨ ਦੀ ਵਰਤੋਂ ਵੀ ਕਰ ਰਹੇ ਨੇ, ਉਹਨਾਂ ਦੇ ਕੋਲ ਫੋਨ ਵੀ ਹੈ ਜਿਸ ਦੇ ਜ਼ਰੀਏ ਉਹਨਾਂ ਦੇ ਵੱਲੋਂ ਇਹ ਫੋਟੋ ਲਈ ਗਈ ਹੈ। ਤਸਵੀਰਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਪੱਪਲਪ੍ਰੀਤ ਅਤੇ ਅੰਮ੍ਰਿਤਪਾਲ ਦੀ ਪਹਿਲੀ ਕਲੀਅਰ ਤਸਵੀਰ, ਅੰਮ੍ਰਿਤਪਾਲ ਓਪਰੇਸ਼ਨ ਤੋਂ ਬਾਅਦ ਇਹ ਤਸਵੀਰ ਜਿਹੜੀ ਹੈ ਸਾਹਮਣੇ ਆਈ ਹੈ।